ਪੰਜਾਬੀ ਪੌਡਕਾਸਟ ਵਿੱਚ ਇੱਕ ਵਾਰ ਫਿਰ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਪੰਜਾਬੀ ਪੌਡਕਾਸਟ ਦੇ ਵਿੱਚ ਅਸੀਂ ਹਰ ਹਫ਼ਤੇ ਤੁਹਾਡੀ ਕਿਸੇ ਨਾ ਕਿਸੇ ਪੰਜਾਬੀ ਸ਼ਖਸੀਅਤ ਦੇ ਨਾਲ ਗੱਲਬਾਤ ਕਰਵਾਉਂਦੇ ਆ ਅੱਜ ਅਸੀਂ ਤੁਹਾਡੀ ਗੱਲਬਾਤ ਕਰਵਾਵਾਂਗੇ ਪੰਜਾਬੀ ਗਾਇਕ ਫਿਰੋਜ਼ ਖਾਨ ਹੁਣਾਂ ਦੇ ਨਾਲ ਪੰਜਾਬੀ ਪੌਡਕਾਸਟ ਨੂੰ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਤੇ ਆਓ ਜੀ ਸ਼ੁਰੂ ਕਰਦੇ ਆ ਪੰਜਾਬੀ ਪੌਡਕਾਸਟ ਫਰੋਜ਼ ਜੀ ਕੀ ਹਾਲ ਚਾਲ ਭਾਜੀ ਮੈਂ ਠੀਕ ਠਾਕ ਆ ਸੰਤਾਰ ਪਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਪਰਿਵਾਰ ਸਨ ਆਓ ਠੀਕ ਠਾਕ ਬਿਲਕੁਲ ਬਿਲਕੁਲ ਠੀਕ ਠਾਕ ਚਾਹ ਚੂ ਪੀ ਲਓਈ ਮੈਂ ਕਦੇ ਸਵੇਰੇ ਸਵੇਰੇ ਨਾ ਪੋਡਕਾਸਟ ਕੀਤੀ ਨਹੀਂ ਰਿਪੋਰਟ ਨਹੀਂ ਮੈਂ ਚਾਹ ਪੀ ਲਈ ਚਾਹ ਪੀ ਲਈ ਸਭੀ ਸੈਰ ਮੈਰ ਸਭ ਕੁਝ ਮੇਰੇ ਜਿਹੜੇ ਰੋਜ਼ ਮਰਾ ਦੇ ਜਿਹੜੇ ਹੈ ਕਿਨੇ ਲਾਈਫ ਦਾ ਜਿਹੜਾ ਹੁੰਦਾ ਨਾ ਸਕੇਜੂਲ ਹਾਂਜੀ ਉਹ ਮੈਂ ਹੁਣ ਤੱਕ ਪੂਰਾ ਕਰ ਲੈਂਦਾ ਉਹਦਾ 10:00 ਵਜੇ ਤੱਕ ਅੱਛਾ ਇਹ ਯਾਰ ਤੁਸੀਂ ਫਿਰ ਇੱਥੇ ਆਪਣੇ ਸੈਰ ਕਰਨ ਕਿੱਥੇ ਜਾਂਦੇ ਆ ਜਿੱਦਾਂ ਸੜਕ ਤੇ ਕਿ ਪਾਰਕਪੁਰ ਕਿਆ ਕੋਲ ਬਿਲਕੁਲ ਭਾਜੀ ਪਹਿਲਾਂ ਜਿੱਥੇ ਮੈਂ ਪਹਿਲਾਂ ਕੋਠੀ ਚ ਰਹਿੰਦਾ ਸੀਗਾ ਉਹਦੇ ਨਾਲ ਹੀ ਸਟੇਡੀਅਮ ਸੀਗਾ ਹਾਂ ਬਹੁਤ ਪਿਆਰਾ ਸ਼ਹੀਦ ਉਦਮ ਸਿੰਘ ਹਾਂਜੀ ਹਾਂਜੀ ਇੱਥੇ ਨਾ ਇੱਕ ਸਾਡੇ ਗਵੰਡੀ ਅੰਕਲ ਨੇ ਭਲਾ ਹੋਵੇ ਉਹਨਾਂ ਨੇ ਅਮਰੀਕਾ ਰਹਿੰਦੇ ਨੇ ਉਦੋਂ ਇੱਕ ਪਲਾਟ ਪਿਆ ਸੀ ਉਹਨਾਂ ਕੋਲੇ 50 60 ਹਾਂ ਉਹਨਾਂ ਨੇ ਮੇਰੇ ਵਾਸਤੇ ਨਾ ਇੱਕ ਬਹੁਤ ਵਧੀਆ ਟਰੈਕ ਉਹਦੇ ਵਿੱਚ ਬਣਾ ਕੇ ਦਿੱਤਾ ਮੈਨੂੰ ਆਲੇ ਦਾਲੇ ਘੁੰਮਣ ਵਾਸਤੇ ਤੇ ਵਿੱਚ ਵਿਚਾਲੇ ਸਬਜ਼ੀਆਂ ਲਾਈਆਂ ਉਹ ਪ੍ਰਾਈਵੇਟ ਅੱਛਾ ਅੱਛਾ ਆਪਣਾ ਪਾਰਕ ਤਿਆਰ ਕੀਤਾ ਹੈ। ਉਹਦੇ ਨਾਲ ਇਹ ਇੰਡੀਆ ਦੇ ਵਿੱਚ ਨਾ ਇਸ ਗੱਲ ਦਾ ਬਹੁਤ ਡਰ ਲੱਗਦਾ ਰਹਿੰਦਾ ਜਿਹੜਾ ਬੰਦਾ ਸੜਕ ਤੇ ਘੁੰਮਣ ਵੀ ਜਾਂਦਾ ਨਾ। ਹਾਂ। ਇੱਕ ਤਾਂ ਸੜਕਾਂ ਤੇ ਸਵੇਰੇ ਧੂਆਂ, ਇੱਕ ਜਿਹੜੇ ਹਲਵਾਈ ਫੇ ਕੋਲਾ ਪਾਇਆ ਹੁੰਦਾ ਪੱਠੀਆਂ 'ਚ। ਮਾਈ ਗੋਡ ਕਿੰਨੇ ਤਰ੍ਹਾਂ ਦੇ ਕੁੱਤਿਆਂ ਦਾ ਬਹੁਤ ਡਰ ਲੱਗਦਾ ਹੈ। ਗੱਡੀਆਂ ਤੋਂ ਬਹੁਤ ਡਰ ਲੱਗਦਾ ਜਿਹੜੇ ਸੜਕਾਂ ਤੇ ਸੈਰ ਕਰਨ ਜਾਂਦੇ ਨੇ ਨਾ। ਹਾਂ ਹਾਂ। ਕੁੱਤਿਆਂ ਦਾ ਪਤਾ ਹੀ ਨਹੀਂ ਲੱਗਦਾ ਵੀ ਕਿੰਨੇ ਢੇਰਾਂ ਦੇ ਢੇਰ ਕੁੱਤੇ ਫਿਰਦੇ ਨੇ। ਜਾਨਵਰ ਫਿਰਦੇ ਨੇ। ਇੱਕ ਵਾਰੀ ਮੈਂ ਤੁਹਾਨੂੰ ਦੱਸਦਾ ਵੀ ਮੈਂ ਨਾ ਹਾਂਜੀ ਸੈਰ ਕਰਦਾ ਫਿਰਦਾ ਜੀ ਇੱਕ ਗਾਂ ਮੈਨੂੰ ਇੱਕ ਸ਼ੌਕ ਹੈ ਭਾਜੀ ਬੂਟੇ ਲਗਾਉਣ ਦਾ ਹਾਂਜੀ ਹਾਂਜੀ ਉਹ ਇੱਕ ਗਾਂ ਨਾ ਮੇਰੇ ਲਾਏ ਹੋਏ ਬੂਟਿਆਂ ਨੂੰ ਚੰਗੀ ਤਰ੍ਹਾਂ ਉਹ ਮੋਚ ਰਹੀ ਖਾ ਰਹੀ ਹੋਣਾ ਅੱਛਾ ਮੈਨੂੰ ਥੋੜਾ ਜਿਹਾ ਗੁੱਸਾ ਜਿਹਾ ਆਇਆ ਮੈਂ ਕਹਾਂ ਯਾਰ ਆ ਕਿਹਨੇ ਛੱਡ ਦਿੱਤੀ ਕਾਂ ਹਾਂ ਚੰਗਾ ਲੇਵੇ ਵਾਲੀ ਗਾਂ ਸੀਗੀ ਜਿਹੜੇ ਦੁੱਧ ਦਿੰਦੀ ਆਉਂਦੀਆਂ ਨੇ ਗਾਵਾਂ ਆਹੋ ਆਹੋ ਬਾਹਰ ਛੱਡ ਦਿੰਦੇ ਲੋਕ ਮਤਲਬ ਉਹਦੇ ਗਲ ਦੇ ਵਿੱਚ ਰੱਸਾ ਵੀ ਕਿਸੇ ਨੇ ਜਾਣੀ ਇਦਾਂ ਦੁੱਧ ਚੋ ਕੇ ਉਹਨੂੰ ਸਵੇਰੇ ਛੱਡ ਦਿੰਦੇ ਨੇ ਉਹ ਬਾਹਰ ਜਾ ਕੇ ਖਾ ਖਾ ਜਾਂਦੀ ਹੈ ਤੇ ਸ਼ਾਮ ਨੂੰ ਉਹਨੂੰ ਫਿਰ ਚੋਲ ਲੈਂਦੇ ਨੇ ਵੀ ਜੇ ਤੁਸੀਂ ਰੱਖੀ ਹੈ ਆਹੋ ਕਮਲਿਓ ਤੁਸੀਂ ਉਹਨੂੰ ਕਿਤੇ ਕੱਖ ਪੱਲਾ ਵੀ ਪਾਓ ਹਾਂ ਬਿਲਕੁਲ ਬਿਲਕੁਲ ਉਹ ਮੈਂ ਜਦੋਂ ਉਹਦੇ ਵੱਲੋਂ ਛੋਟਾ ਜਿਹਾ ਡੰਡਾ ਜ ਮੈਂ ਚੁੱਕਿਆ ਛੋਟਾ ਜਿਹਾ ਹੀ ਹੈ ਨਾ ਮਾਰਿਆ ਜਾਈ ਦੀ ਮੈਂ ਕਿਹਾ ਵੀ ਚੱਲ ਅੱਗੇ ਨੂੰ ਛਿਸ਼ਕੇਰ ਦਿੰਦਾ ਉਹ ਮੇਰੇ ਵੱਲੋਂ ਆ ਗਈ ਮੈਂ ਮੂਰੇ ਫੱਜਿਆ ਜਾ ਮੈਂ ਬੜਾ ਮਜ਼ਾਕ ਜਿਹਾ ਸੰਗ ਮੈਨੂੰ ਬੜਾ ਮਜ਼ਾਕ ਜਿਹਾ ਲੱਗਿਆ ਮੈਂ ਕਿਹਾ ਯਾਰ ਆ ਜਾ ਨਹੀਂ ਗਾਂ ਨੇ ਹਮਲਾ ਕਰ ਦਿੱਤਾ ਹਮਲਾ ਕਰਤਾ ਮੇਰੇ ਤੇ ਭਾਜੀ ਅੱਛਾ ਉਹ ਕੰਧ ਹੀ ਨਹੀਂ ਠਹਿਰ ਤੇਰੇ ਅਰਗੇ ਮੈਂ ਪਹਿਲਾਂ ਵੀ ਦੇਖੇ ਹੋ ਕਈ ਆਹਂ ਗਾਂ ਮੇਰੇ ਮਗਰ ਤੇ ਮੈਂ ਗਾਂ ਦੇ ਮੂਰੇ ਹਾਂਜੀ ਉੱਥੇ ਹੋਰ ਵੀ ਲੋਕ ਸੈਰ ਕਰਦੇ ਸੀ ਯਾਰ ਅ ਨਹੀਂ ਡੰਗਰ ਨੂੰ ਕੀ ਪਤਾ ਕਿ ਫਿਰੋਜ਼ ਖਾਨ ਆ ਹਾਂ 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 ਨਹੀਂ ਉਹ ਤਾਂ ਦੇਖੋ ਜੀ ਜੇ ਤੁਸੀਂ ਜੇ ਤੂੰ ਬੀਨ ਵਜਾਣ ਵੀ ਲੱਪਵੇਂ ਮੱਝ ਮੂਰੇ ਉਹਨੂੰ ਤਾਂ ਤਾਂ ਵੀ ਨਹੀਂ ਪਤਾ ਨਹੀਂ ਉਹਨੂੰ ਫੇਰ ਵੀ ਪਤਾ ਨਹੀਂ ਲੱਗਣਾ ਹੈਗਾ ਪਰ ਨਾ ਇਹ ਪੰਜਾਬ ਚ ਜਰ ਜਿਹੜੇ ਨਾ ਇਹ ਦੋ ਤਿੰਨ ਗੱਲਾਂ ਆ ਕਿ ਕੁੱਤੇ ਗਾਵਾਂ ਇਹ ਜਿੱਦਾਂ ਹੁਣ ਤੁਸੀਂ ਬਾਹਰ ਸਾਰੀ ਦੁਨੀਆ ਘੁੰਮ ਕੇ ਦੇਖੀ ਆ ਇਹ ਇੱਧਰ ਵੀ ਬਾਹਰ ਵੀ ਇਦਾਂ ਹੀ ਹੁੰਦਾ ਸੀ ਇੱਥੇ ਘੋੜੇ ਘੂੜੇ ਬਥੇਰੇ ਘੁੰਮਦੇ ਹੁੰਦੇ ਸੀ ਗਾਵਾਂ ਬਥੇਰੀਆਂ ਗੰਦ ਬਥੇਰਾ ਸਿਗਾ ਸ਼ਹਿਰਾਂ ਦੇ ਵਿੱਚ ਸੀਵਰੇਜ ਦਾ ਵੀ ਕੋਈ ਪ੍ਰਬੰਧ ਨਹੀਂ ਸੀਗਾ ਬਸ ਦੂਜੀ جنگ ਤੱਕ ਵੀ ਹੱਲੇ ਕੱਲ ਦੀਆਂ ਤਾਂ ਗੱਲਾਂ ਆ ਅੱਛਾ ਜੀ 1950 60 ਦੇ ਵਿੱਚ ਹੀ ਆ ਬਾਹਰਲੇ ਸ਼ਹਿਰ ਚਮਕਣ ਲੱਗੇ ਯਾਰਾ ਹਾਂ ਤੇ ਦੇਖ ਲਓ ਚਮਕਦੇ ਚਮਕਦੇ ਉਹਨਾਂ ਨੇ ਮਿੰਟਾਂ 'ਚ ਹੀ ਬਣਾ ਦਿੱਤੇ ਅਸੀਂ ਉੱਥੇ ਹੀ ਰਹਿ ਗਏ ਹਾਂ ਮੈਂ ਨਾ ਇੱਕ ਵਾਰੀ ਭਾਜੀ ਮੈਨੂੰ ਕਿਤੇ ਮੈਕਸੀਕੋ ਜਾਣ ਦਾ ਮੌਕਾ ਮਿਲਿਆ ਸੀਗਾ ਹਾਂਜੀ ਮੈਂ ਦੇਖਿਆ ਵੀ ਉਹ ਵੀ ਹਿੱਸਾ ਜਿਹੜਾ ਹੈਗਾ ਉਹ ਇੰਡੀਆ ਵਰਗਾ ਹੀ ਨਹੀਂ ਹੈਗਾ ਹਾਂ ਹਾਂ ਹਾਂਜੀ ਹਾਂਜੀ ਇੰਡੀਆ ਯਾ ਉਹ ਤਾਂ ਉਹ ਮੈਂ ਇੱਥੇ ਕਿਸੇ ਨਾਲ ਗੱਲ ਕਰਨ ਲੱਗਿਆ ਬੜਾ ਪੜਿਆ ਲਿਖਿਆ ਬੰਦਾ ਸੀਗਾ ਉਹ ਕਹਿੰਦਾ ਵੀ ਇਹ ਜਿਹੜਾ ਮੈਕਸੀਕੋ ਹੈ ਨਾ ਇਹਦੇ ਤੂੰ ਹੀ ਇਹ ਅਰਥ ਦਾ ਜਿਹੜਾ ਟੋਟਾ ਟੁੱਟ ਕੇ ਨਹੀਂ ਇੱਧਰ ਇੱਧਰ ਆਇਆ ਹੋਇਆ ਮੈਂ ਤੂੰ ਤੂੰ ਕਿਸ ਹਿਸਾਬ ਨਾਲ ਕਹਿ ਰਿਹਾ ਹੈਂ ਕਹਿੰਦਾ ਭਾਜੀ ਉਹ ਵੀ ਉਹ ਜਿਹਾ ਹੀ ਹੈ ਤੇ ਉਹ ਨਹੀਂ ਇਹ ਨਹੀਂ ਗੱਲ ਹੁੰਦੀ ਗੱਲ ਤਾਂ ਅਸਲ ਵਿੱਚ ਗਰੀਬੀ ਦੀ ਗੱਲ ਆ ਨਾ ਹਾਂਜੀ ਹਾਂਜੀ ਜਦੋਂ ਅਕਬਰ ਸਗਾ ਨਾ ਸਾਡਾ ਰਾਜਾ ਇੰਡੀਆ ਦੇ ਵਿੱਚ ਮੁਗਲ ਬਾਦਸ਼ਾ ਉਸ ਵੇਲੇ ਇੰਡੀਆ ਦੀ ਜੀਡੀਪੀ ਇੰਗਲੈਂਡ ਨਾਲੋਂ ਵੱਧ ਸੀ ਆਹ ਹਾਂ ਹਾਂ ਇੰਗਲੈਂਡ ਦੀ ਰਾਣੀ ਨੇ ਚਿੱਠੀਆਂ ਲਿਖੀਆਂ ਹੋਈਆਂ ਅਕਬਰ ਨੂੰ ਇੰਡੀਆ ਅਮੀਰ ਸੀ ਪਰ ਉਹ ਤੋਂ ਬਾਅਦ ਫਿਰ ਜਦੋਂ ਅੰਗਰੇਜ਼ ਆ ਗਏ ਤੇ ਉਹ ਐਵੇਂ ਗੱਲ ਗਲਤ ਨਹੀਂ ਹੈਗੀ ਜਿਹੜੀ ਸਾਡੇ ਲੋਕ ਕਹਿੰਦੇ ਹੁੰਦੇ ਕਿ ਅੰਗਰੇਜ਼ਾਂ ਨੇ ਭਾਰਤ ਨੂੰ ਲੁੱਟ ਲਿਆ ਉੱਥੋਂ ਉਹਦੀ ਜੀਡੀਪੀ ਹਰ ਸਾਲ ਨਾ ਥੱਲੇ ਲਗ ਪਈ ਇੰਡੀਆ ਦੀ ਜੀ ਡੀ ਪੀ ਭਾਜੀ ਇਹ 골ਡ ਤੇ ਡਿਪੈਂਡ ਹੁੰਦੀ ਹੈ ਨਾ 골ਡ ਤੇ ਉਹ ਨਹੀਂ ਨਹੀਂ 골ਡ 골ਡ ਤੇ ਇਦਾਂ ਹੁੰਦੀ ਪੇ ਪੁਰਾਣੇ ਚ ਜਿਹੜੇ ਗਰੀਬ ਮੂਲਕੇ ਆ ਉਹਨਾਂ ਦੀ 골ਡ ਤੇ ਹੁੰਦੀ ਆ ਅੱਛਾ ਅਗਲੇ ਕਹਿੰਦੇ ਆ ਪੇ ਜੇ ਯਾਰ ਤੁਸੀਂ ਰੁਪਈਆ ਛਾਪਣਾ ਆ ਤਾਂ ਤੁਹਾਡੇ ਕੋਲ ਇੰਨਾ ਸੋਨਾ ਚਾਹੀਦਾ ਜਿਹੜੀ ਅਮਰੀਕਾ ਆ ਅਮਰੀਕਾ ਨੇ ਕੋਈ ਸੋਨਾ ਨਹੀਂ ਉਦਾਂ ਜਣ ਕੇ ਸੋਨਾ ਇਹ ਨਾ ਕੋ ਬਥੇਰਾ ਪਰ ਜਿਹੜਾ ਅਮਰੀਕਨ ਡਾਲਰ ਆ ਉਹ ਸੋਨੇ ਨਾਲ ਬੈਕਟ ਨਹੀਂ ਹੈਗਾ ਜੀ 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 ਉਹ ਸਿਰਫ ਸਰਕਾਰ ਦੀ ਗਾਰੰਟੀ ਆ ਹਾਂ ਜਤਨ ਕਹਤਾ ਤੂੰ ਡਾਲਰ ਡਾਲਰ ਛਾਪ ਤੂੰ ਬਸ ਤੈਨੂੰ ਕਹਿੰਦਾ ਤੈਨੂੰ ਕਹਿੰਦਾ ਦੇਵਾਂਗੇ ਡਾਲਰ ਬਸ ਠੀਕ ਹੈ ਤੇ ਜਿਹੜੇ ਗਰੀਬ ਆ ਉਹਨਾਂ ਨੂੰ ਕਹਿੰਦੇ ਸੋਨਾ ਹੈਗਾ ਬਈ ਜੇ ਹੈਗਾ ਤਾਂ ਛਾਪ ਲਾ ਨਹੀਂ ਤਾਂ ਛਾਪ ਨਹੀਂ ਸਕਦੇ ਤੁਸੀਂ ਬਿਲਕੁਲ ਬਿਲਕੁਲ ਭਾਜੀ ਇੱਕ ਗੱਲ ਹੋਰ ਵੀ ਹੈ ਆਪਣਾ ਦੇਸ਼ ਤਾਂ ਅਮੀਰ ਹੈ ਇਹਨਾਂ ਲੋਕਾਂ ਕੋਲ ਪੈਸਾ ਹੈਗਾ ਆਪਣੇ ਲੋਕਾਂ ਕੋਲੇ ਪਰ ਆਪਾਂ ਅਕਲ ਨਾਲ ਚੱਲਣਾ ਨਹੀਂ ਸਾਨੂੰ ਆਉਂਦਾ ਪਰ ਫਰੋਜ਼ ਨਾ ਉਦਾਂ ਇਦਾਂ ਗੱਲ ਆ ਕਿ ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਸਾਰਿਆਂ ਨੂੰ ਇੱਕ ਰਸੇ ਥੋੜੋ ਬੰਦ ਸਕਦੇ ਇੱਕ ਰਸੇ ਨਹੀਂ ਹਾਂ ਇੱਕ ਰਸੇ ਨਹੀਂ ਬੰਨਿਆ ਜਾ ਬਹੁਤ ਸਾਰੇ ਸੂਖਮ ਲੋਕ ਨੇ ਜਿਹੜੇ ਦੇਸ਼ ਬਾਰੇ ਚਿੰਤਤ ਰਹਿੰਦੇ ਨੇ ਜਿਹੜੇ ਹਨਾ ਚਿੰਤਤ ਰਹਿੰਦੇ ਹੁਣ ਚਲੋ ਬਾਕੀ ਗੱਲਾਂ ਨੂੰ ਛੱਡ ਲਓ ਸਾਨੂੰ ਸਿਆਸਤ ਬਾਰੇ ਚਲੋ ਇਹੀ ਕਹਿ ਲਾਂ ਨੇ ਸਾਨੂੰ ਪਤਾ ਨਹੀਂ ਜੇ ਹੁਣ ਸਾਨੂੰ ਸੰਗੀਤ ਬਾਰੇ ਪਤਾ ਜੀ ਹੁਣ ਤੁਸੀਂ ਇਹਦੇ ਵਿੱਚ ਦੇਖ ਲਓ ਕਿ ਆਮ ਲੋਕ ਕਿੱਦਾਂ ਕਹੀ ਜਾਂਦੇ ਜੀ ਨਵੇਂ ਸਿੰਗਰ ਆ ਗਏ ਇਹਨਾਂ ਨੂੰ ਗਾਉਣਾ ਨਹੀਂ ਆਂਦਾ ਪਰ ਸਾਨੂੰ ਪਤਾ ਕਈ ਨਵੇਂ ਦੇਖ ਕਿੰਨੇ ਸਿੱਖੇ ਹੋਏ ਬਹੁਤ ਬਹੁਤ ਸੋਣਾ ਗਾਉਂਦੇ ਆ ਸਹੀ ਗੱਲ ਹੈ ਹਰ ਤਰ੍ਹਾਂ ਦੇ ਗਾਇਕ ਆ ਬਿਲਕੁਲ ਆ ਦੇਖ ਲਓ ਟੀਵੀ ਤੇ ਸ਼ੋਅ ਆਉਂਦੇ ਆ ਤੁਸੀਂ ਜੱਜ ਵੀ ਕਰਦੇ ਆ ਤੇ ਕਿੰਨੇ ਵਧੀਆ ਤੋਂ ਵਧੀਆ ਨਿਕਲਦੇ ਆ ਉਹ ਤਾਂ ਆਉਂਦੇ ਨਹੀਂ ਨਾ ਜਿਹੜੇ ਉਹਨਾਂ ਦਾ ਬਣਦਾ ਕੁਝ ਨਹੀਂ ਮੈਂ ਇਹ ਦੇਖਿਆ ਹੈ ਮੈਂ ਦੇਖਿਆ ਵੀ ਉਹਨਾਂ ਦਾ ਬਣਦਾ ਕੁਝ ਨਹੀਂ ਚਿਰਾਂ ਦਾ ਜਿਹੜੇ ਉਹ ਐਵੇਂ ਹੀ ਜਿਵੇਂ ਉਹ ਕੱਚੇ ਚੋਂ ਕੱਢ ਕੇ ਚੋਰਾ ਕਮਾਤਾ ਨਾ ਉਹ ਉਹ ਚੱਲ ਜਾਂਦੇ ਨੇ ਪਤਾ ਨਹੀਂ ਮੈਨੂੰ ਇਹ ਨਹੀਂ ਗੱਲ ਸਮਝ ਲੱਗੀ ਨਹੀਂ ਇਹ ਪਰ ਸਦਾ ਇਦਾਂ ਹੁੰਦਾ ਆਇਆ ਦੇਖੋ ਦੁਨੀਆ ਨਾ ਤਮਾਸ਼ਾ ਚਾਹੁੰਦੀ ਆ ਇਹ ਵੀ ਮੇਰਾ ਮੇਰਾ ਵੀ ਸੋਚਣਾ ਹੈ ਲੋਕ ਜਲਵਾ ਚਾਹੁੰਦੇ ਆ ਬਸ ਜਲਵਾ ਜਿਹੜਾ ਕਰ ਗਿਆ ਉਹ ਮੇਰਾ ਇੱਕ ਗੀਤ ਆ ਕਿ ਉਮਰਾਂ ਜਿਨ੍ਹਾਂ ਗੁਆਈਆਂ ਤਰ੍ਹਾਂ ਕੱਸਦਿਆਂ ਸਿੱਖਦਿਆਂ ਤੇ ਚੰਗੀਆਂ ਗੱਲਾਂ ਦੱਸਦਿਆਂ ਆਹ ਉਹ ਲੋਕੀ ਕਹਿੰਦੇ ਗੱਲ ਨਹੀਂ ਬਣਦੀ ਨਹੀਂ ਸਾਨੂੰ ਮਨਜ਼ੂਰ ਨਹੀਂ ਸਾਨੂੰ ਮਨਜ਼ੂਰ ਗਾਇਕੀ ਦੇ ਘਰ ਦੂਰ ਸੋਹਣਿਆ ਗਾਇਕੀ ਦੇ ਪਰ ਉਹਨਾ ਕਲਾਕਾਰ ਦੀ ਕੋਠੀ ਬੂਹਾ ਉੱਚਾ ਏ ਅੰਦਰ ਤਬਲਾ ਹੈ ਨਹੀਂ ਬਾਜਾ ਟੁੱਟਾ ਏ ਕੋਈ ਦੇਵੇ ਸੰਗੀਤ ਕਿਸੇ ਦੇ ਗੀਤ ਬਗਾਨਾ ਨੂਰ ਪਰ ਗੱਲ ਇਹ ਆ ਕਿ ਗੱਲ ਸਹੀ ਆ ਕਿ ਦੁਨੀਆ ਚ ਅੱਜ ਨਹੀਂ ਜਲਵਾ ਚੱਲਣ ਲੱਗਾ ਇਹ ਪਹਿਲੇ ਦਿਨ ਤੋਂ ਹੀ ਚੱਲਦਾ ਨਾ ਪਹਿਲੇ ਦਿਨ ਤੋਂ ਹੀ ਜਲਵਾ ਚੱਲਦਾ ਮੈਂ ਤੁਹਾਨੂੰ ਇੱਕ ਵਾਰੀ ਦੱਸਦਾ ਵੀ ਜਲਵਾ ਐਸਾ ਹੋਇਆ ਹਾਂਜੀ ਬੜੇ ਵਧੀਆ ਜੇ ਪੈਸਿਆਂ ਦੇ ਵਿੱਚ ਮੈਂ ਬੁੱਕ ਹੋ ਗਏ ਕਿਸੇ ਦੁਸ਼ਹਿਰੇ ਦਾ ਮੇਲਾ ਸੀਗਾ ਹਾਂਜੀ ਮੈਂ ਚੱਲ ਗਿਆ ਮੇਰੇ ਕੋਲ ਉਦੋਂ ਸਟੀਮ ਕਾਰ ਸੀਗੀ ਤੇ ਮੈਂ ਉਹਦੇ ਵਿੱਚੋਂ ਉਤਰਿਆ ਉਤਰ ਕੇ ਸਟੇਜ ਤੇ ਨੂੰ ਜਾਣ ਲੱਗਿਆ ਇਹਨਾਂ ਨੂੰ ਮੈਂ ਕੀ ਦੇਖਿਆ ਇੱਕ ਆਰਟਿਸਟ ਬੰਦਾ ਉਹਨੇ ਚਾਦਰਾ ਕੁੜਤਾ ਪਾਇਆ ਆ ਟੋਰੇ ਵਾਲੀ ਪੱਗ ਛੱਡੀ ਹੋਈ ਤੇ ਉਹ ਸ਼ਫਾਰੀ ਦੇ ਵਿੱਚ ਨਾ ਉਹਨੇ ਸਾਰੇ ਮੇਲੇ ਦੇ ਉੱਤੋਂ ਦੀ ਗੇੜਾ ਦੇ ਮੈਂ ਦੇਖਾ ਮੈਂ ਕਹ ਲੈ ਵੀ ਇਹ ਅੱਜ ਇਹ ਜਲਵਾ ਕਰ ਗਿਆ ਲੋਕ ਉਹਦੇ ਮਗਰ ਆ ਗਿਆ ਹੋਏ ਆ ਗਿਆ ਹੋਏ ਆ ਗਿਆ ਉਹ ਫ੍ਰੀ ਆਇਆ ਹੋਇਆ ਸੀਗਾ ਤੇ ਮੈਂ ਬੋਕੋ ਕੇ ਗਿਆ ਸੀ ਹਾਂ ਹਾਂ ਮੈਨੂੰ ਕੋਈ ਪੁੱਛੇ ਨਾ ਉਹਦੀ ਜੈਜਾਕਾਰ ਉਹਨੇ ਜਲਵਾ ਕਰ ਦਿੱਤਾ ਨਾ ਨਵੀਂ ਗੱਡੀ ਦੇ ਉਹ ਫੁੱਟ ਰੈਸਟ ਦੇ ਉੱਤੇ ਖੜਾ ਹੋ ਕੇ ਨਾ ਉਹਨੇ ਦੋ ਤਿੰਨ ਗੇੜੇ ਆਲੇ ਦੋਲੇ ਦੀ ਦੇ ਦਿੱਤੇ ਮੇਲੇ ਦੇ ਮੈਂ ਵੀ ਭਰਾਵਾ ਆ ਗਏ ਫਿਰ ਮੈਂ ਹੂਲਾ ਪੱਕਿਆ ਮੈਂ ਵੀ ਫਿਰ ਗੱਡੀ ਲਈ ਸਫਾਰੀ ਆ ਗੱਡੀ ਲਈਏ ਸ਼ਾਇਦ ਜਲਵਾ ਹੋ ਜਾਵੇ ਕੋਈ ਹਾਂ ਅੱਜ ਦੇ ਸਮਾਨੇ ਵਿੱਚ ਇਹ ਕੰਮ ਤਾਂ ਬਹੁਤ ਹੋ ਗਿਆ ਦਿਖਾਵਾ ਦਿਖਾਵਾ ਪਹਿਲਾਂ ਹਾਂਜੀ ਗਾਣਾ ਚਾਹੇ ਕਾਟੇ ਹੋਵੇ ਦੂਜਾ ਵੀ ਇਦਾਂ ਹੀ ਆ ਵੀਡੀਓਜ਼ ਦੇਖ ਲਓ ਵੀਡੀਓਜ਼ ਤੇ ਜਿੱਦਾਂ ਹਰੇਕ ਬੰਦਾ ਲੱਖਾਂ ਦੇ ਵਿੱਚ ਲਾ ਦਿੰਦੇ ਆ ਕਹਿੰਦੇ ਜੀ ਅਸੀਂ ਹੈਲੀਕਾਪਟਰ ਨਾਲ ਸ਼ੂਟ ਕੀਤੀ ਆ BB 25-25 ਲੱਖ ਰੁਪਏ ਦੀ ਵੀਡੀਓ ਪਰ ਯਾਨੀ ਕਿ ਉਹ ਆਪਣੇ ਕਿਸੇ ਉਸਤਾਦ ਨੂੰ 2000 ਨਹੀਂ ਦੇਣਾ ਨਾ 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 ਉਧਰ ਨਹੀਂ ਕੋਈ ਸਰਗਮੇ ਦੱਸ ਤੇ ਮੈਂ ਮੈਂ ਭਾਜੀ ਜਦੋਂ ਮੈਂ ਗਾਉਣ ਲੱਗਿਆ ਨਾ ਮੈਂ 96 95 ਚੈਨਵੈਸ ਜਾ ਕੇ ਮੈਂ ਐਲਬਮ ਕਰਾਈ ਹਾਂਜੀ ਬੜਾ ਫਕੀਰੀ ਜੀ ਸੇ ਮੇਰੇ ਤੇ ਉੱਤੇ ਹੈ ਨਾ ਹਾਂਜੀ ਵਾਹ ਉਦੋਂ ਟਾਈਮ ਹੀ ਆਇਆ ਹੋ ਜਾ ਸੀਗਾ ਹਾਂਜੀ ਹਾਂਜੀ ਤੇ ਐਲਬਮ ਜਦੋਂ ਹੋ ਗਈ ਮੇਰੇ ਖਿਆਲ ਦੇ ਵਿੱਚ ਮੇਰੀ ਉਹ ਐਲਬਮ ਦੇ ਉੱਤੇ 2.5-3 ਲੱਖ ਰੁਪਈਆ ਲੱਗਿਆ ਹੋਣਾ ਹਾਂਜੀ ਜੈਦੇਵ ਹੁਣਾਂ ਦਾ ਸੀਗਾ ਮਿਊਜ਼ਿਕ ਹਨਾ ਹਾਂ ਜੈਦੇਵ ਬਬਲੂ ਜੀ ਨੇ ਕੀਤੀ ਸੀ ਉਹ ਐਲਬਮ ਹਾਂਜੀ ਤੇ ਉਹਨੂੰ ਜਦੋਂ ਰਿਲੀਜ਼ ਕੀਤਾ ਤੇ ਮੈਂ ਪੋਸਟਰ ਬਣਾ ਕੇ ਮੈਂ ਆਪ ਬੱਸ ਦੇ ਵਿੱਚ ਹਾਂਜੀ ਉਦੋਂ ਚੁੱਕ ਕੇ ਲੈ ਕੇ ਆਇਆ ਸੀ ਦਿੱਲੀ ਤੋਂ ਹਾਂ ਮੈਂ ਕਹਿ ਰਹਾ ਜਾਂ ਸੀ ਹਾਂਜੀ ਉਹ ਮੈਂ ਜਿਹੜੇ ਪਾਸੇ ਪੋਸਟਰ ਚੁੱਕ ਲਵਾਂ ਉਦੋਂ ਨੂੰ ਚੁੱਕ ਜਵਾਂ ਐਦਾਂ ਦਾ ਹਾਲ ਸੀਗਾ ਮੇਰਾ ਹਾਂ ਆ ਕੇ ਮੈਂ ਆਪ ਹੀ ਉਹ ਲੇਵੀ ਬਣਾ ਕੇ ਰਾਤਾਂ ਨੂੰ ਜਾਨੀ ਦਸੰਬਰ ਜਨਵਰੀ ਦੇ ਦਿਨ ਸੀ ਹਾਂਜੀ ਹਾਂਜੀ ਮੈਂ ਰਾਤ ਨੂੰ ਨਿਕਲ ਜਾਂਦਾ ਸੀਗਾ ਕਦੇ ਬਾਦ ਚੜ੍ਹ ਕੇ ਕਦੇ ਲੁਧਿਆਣੇ ਵੀ ਲਾਏ ਆਣੇ ਪੋਸਟਰ ਕਦੇ ਜਲੰਧਰ ਵੀ ਲਾਏ ਆਣੇ ਹਾਂਜੀ ਹਾਂਜੀ ਉਹ ਇੱਕ ਗਾਣਾ ਕੀਤਾ ਸੀ ਲਸ਼ਕਾਰੇ ਦੇ ਵਿੱਚ ਹਾਂਜੀ ਉਹ ਗਾਣਾ ਚੱਲ ਗਿਆ ਸੀਗਾ ਬਹੁਤ ਸੋਣਾ ਉਹਨੇ ਆਸਰ ਪਾਲਿਆ ਸੀ ਨਸ਼ਕਾਰਾ ਜਿਹਨਾਂ ਨੂੰ ਪਤਾ ਨਹੀਂ ਉਹ ਜਲੰਧਰ ਟੀਵੀ ਤੇ ਹੁੰਦਾ ਸੀ ਸ਼ੋਅ ਹਾਂ ਜਲੰਧਰ ਟੀਵੀ ਤੇ ਦੂਰਦਰਸ਼ਨ ਤੇ ਉਹ ਚੱਲ ਗਿਆ ਸੀਗਾ ਬੜਾ ਵਧੀਆ ਉਹਦਾ ਮੈਨੂੰ ਰਿਵਾਰਡ ਮਿਲਿਆ ਉਹ ਜਿਹੜੀ ਨਾ ਜਿੱਦਾਂ ਆਪਣੀ ਜਿਹੜੀ ਹੱਥੀਂ ਖੇਤੀ ਕੀਤੀ ਹੁੰਦੀ ਜਿਹੜਾ ਬੰਦਾ ਥੱਲੇੋਂ ਉੱਠਦਾ ਉਹ ਐਪਰੀਸ਼ੀਏਟ ਵੀ ਕਰਦਾ ਫਿਰ ਐਪਰੀਸ਼ੀਏਟ ਵੀ ਕਰਦਾ ਭਾਜੀ ਇਹ ਨਾ ਜਾਨੀ ਕੱਲਾ ਕੱਲਾ ਫੈਨ ਇਕੱਠਾ ਕਰਨ ਵਾਲੀ ਗੱਲ ਹੋ ਗਈ ਹਾਂਜੀ ਅੱਜ ਜਿਹੜੇ ਅੱਜ ਮੇਰੇ ਖਿਆਲ ਭਾਜੀ ਉਹਨਾਂ ਨੂੰ ਮਨਮੋਣ ਭਾਜੀ ਉਹਨਾਂ ਨੂੰ ਕਮਲ ਹੀਰੋ ਨਾਲ ਨੂੰ ਤੁਹਾਨੂੰ ਤੁਹਾਨੂੰ ਮੇਰੇ ਖਿਆਲ 25 25 26 ਸਾਲ ਹੋ ਗਏ ਕੰਮ ਕਰਦਿਆਂ ਨੂੰ ਮਾਰਕੀਟ ਦੇ ਵਿੱਚ ਹਾਂ ਉਹ ਯਾਨੀ ਕਿ 90 99 ਦੇ ਲੱਗੇ ਮੈਨੂੰ ਵੀ ਇੰਨਾ ਅਰਸਾ ਹੋ ਗਿਆ 25 ਸਾਲ ਦਾ ਹਾਂਜੀ ਹਾਂਜੀ ਮੈਨੂੰ ਕੋਈ ਮੁੰਡਾ ਮੇਰੇ ਨਾਲ ਹਲੇ ਕੱਲ ਹੀ ਗੱਡੀ ਦੇ ਵਿੱਚ ਬੈਠੇ ਗੱਲਾਂ ਕਰਦੇ ਸੀ ਕਹਿੰਦੇ ਭਾਈ ਜਿਹੜੇ 600 ਮਿਲੀਅਨ ਵਾਲੇ ਨੇ ਉਹਨਾਂ ਦੀ ਲੋਕ ਇੰਨੀ ਇੱਜ਼ਤ ਨਹੀਂ ਕਰਦੇ ਜਿੰਨੀ ਤੁਹਾਡੀ ਇੱਜ਼ਤ ਕਰਦੇ ਮੈਂ ਕਿਹਾ ਅਸੀਂ ਕਮਾਏ ਹੋਏ ਨੇ ਉਹ ਉਹਨਾਂ ਨੇ ਬਣਾ ਕੇ ਬਣਾਏ ਹੋਏ ਨਹੀਂ ਇੱਕ ਵਾਰੀ ਨਾ ਮੈਂ ਇੰਡੀਆ ਗਿਆ ਹੋਇਆ ਤੇ ਮਨਮੋਹਣ ਹੋਣਾ ਨੂੰ ਕੋਈ ਉਹਨਾਂ ਦੇ ਮਿੱਤਰ ਮਿਲਣ ਨਾ ਗਿਆ ਤੇ ਚਾਹ ਚੂ ਪੀ ਘਟੇ ਤਾਂ ਉਹਨਾਂ ਦੇ ਨਾਲ ਇੱਕ ਮੁੰਡਾ ਆਇਆ ਤੇ ਉਹ ਕਹਿੰਦੇ ਕਹਿੰਦੇ ਵਾਰਿਸ ਭਾਜੀ ਇਹ ਨਾ ਮੁੰਡਾ ਸਾਡਾ ਅਸੀਂ ਤੁਹਾਨੂੰ ਮਿਲਾਣਾ ਸੀ ਇਹ ਗਾਉਣ ਲੱਗਾ ਇਹ ਨੂੰ ਕੋਈ ਸਿੱਖਿਆ ਦਿਓ ਤੇ ਮਨਮੋਹਣ ਹੁਣੀ ਕਹਿੰਦੇ ਕਹਿੰਦੇ ਕੋਈ ਗੱਲ ਨਹੀਂ ਯਾਰ ਤੇ ਬਹੁਤ ਵਧੀਆ ਗੱਲ ਆ ਵੀ ਤੈ ਕੋਈ ਕੀਤਾ ਵੀ ਗਾਣਾ ਹਾਂਜੀ ਭਾਜੀ ਮੈਂ ਤਿੰਨ ਕੀਤੇ ਸੀਗੇ ਉਹਨਾਂ ਦੇ ਸਿਰਫ 6 6 7 7 ਮਿਲੀ ਨਹੀਂ ਹਿੱਟ ਹੋਏ ਹੈ ਹਾਂ ਚੱਲੇ ਨੇ ਗਾਣੇ ਤੇ ਉਹ 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 ਨੂੰ ਕਹਿੰਦਾ ਕਹਿੰਦਾ ਮੇਰੇ ਤਾਂ ਭਰਾਵਾ ਮਿਲੀਅਨ ਵੀ ਨਹੀਂ ਹੁੰਦੇ ਜੇ ਤੇਰੇ 6-7 ਮਿਲੀਅਨ ਹੋ ਗਿਆ ਤਾਂ ਮੈਂ ਤੈਨੂੰ ਕੀ ਸਿੱਖਿਆ ਦੇ ਸਕਦਾ ਤੂੰ ਤਾਂ ਪਹਿਲਾਂ ਹੀ ਪਾਸ ਆ ਹਾਏ ਹਾਏ ਸਹੀ ਗੱਲ ਸਹੀ ਗੱਲ ਸਹੀ ਗੱਲ ਉਹ ਮੈਂ ਐਸਾ ਆਪਾਂ ਨੂੰ ਵੀ ਕਹਿਣ ਲੱਗ ਜਾਂਦੇ ਨੇ ਨਾ ਲੋਕ ਕਿ ਵੀ ਹਾਂ ਯਾਰ ਭਾਜੀ ਤੁਹਾਡੇ ਗਾਣੇ ਨਾ ਉਹ ਫਲਾਣੇ ਦਾ ਦੇਖੋ ਤੁਸੀਂ 600 ਮਿਲੀਅਨ ਹੋ ਗਿਆ ਮੈਂ ਕਹਾ ਯਾਰ ਜੇ ਮੇਰਾ 6 ਮਿਲੀਅਨ ਵੀ ਹੋ ਜਵੇ ਨਾ ਹਾਂ ਤੇ ਮੇ ਮੇਰੀ ਢੇਰੀ ਮੈਂ ਵੱਡੀ ਸਮਝਾਂਗਾ ਉਹਦੇ ਵਿੱਚ ਨਾ ਤਾਂ ਕੀਨੀਆ ਦੇ ਹੋਣਿਆ ਨਾ ਜੁਗਾਂਡਾ ਦੇ ਹੋਣਿਆ ਉਹ ਉਹ ਪੰਜਾਬੀ ਹੋਣਗੇ ਜਿਹੜੇ ਮੈਨੂੰ ਸੁਣਨਗੇ ਨਾ ਹਾਂ ਹਾਂ ਜਿਸ ਬੰਦੇ ਦੇ ਇੱਥੇ ਅਸਲੀ ਫਾਲੋਅਰ ਆਣਿਆ ਚੰਗੇ ਫਾਲੋਅਰ ਆ ਇੰਸਟਾਗ੍ਰਾਮ ਤੇ ਉਹ ਫੁੱਲ ਟਾਈਮ ਰੋਟੀ ਰੋਜ਼ੀ ਕਮਾ ਰਿਆ ਜੀ ਆਪਣੀ ਸਪੌਂਸਰਸ਼ਿਪ ਲੈ ਕੇ ਬ੍ਰਾਂਡਾਂ ਤੋਂ ਵਾਹ ਵਾਹ ਤੇ ਜੇ ਇਹਨਾਂ ਲੋਕਾਂ ਦੇ ਮਿਲੀਅਨਾਂ ਚ ਫਾਲੋਅਰ ਆ ਤਾਂ ਕਿਉਂ ਨਹੀਂ ਇਹਨਾਂ ਨੂੰ ਜਿੱਦਾਂ ਬੜੀਆਂ ਕੰਪਨੀਆਂ ਕੋਈ ਏਟੀਐਨਟੀ ਜਾਂ ਹੋਰ ਕੋਈ ਸਪੌਂਸਰ ਕਰਦੇ ਕਿਉਂ ਨਹੀਂ ਉਹ ਉਹ ਤੋਂ ਗੁਜ਼ਾਰਾ ਕਰਦੇ ਇਹ ਗੱਲ ਉਹਨਾਂ ਨੂੰ ਮੱਛਰ ਮਾਰਨ ਦੀ ਦਵਾਈ ਦੇ ਵੀ ਐਡ ਨਹੀਂ ਮਿਲਦੀ। ਕੋਈ ਤੇ ਬੈ ਵੀ ਬੱਚੀ ਆਣਾ ਮੈਨੂੰ ਵੀ ਨਹੀਂ ਕਿਸੇ ਨੇ ਕਹਾ ਦਿੱ। ਉਹ ਨਹੀਂ ਨਹੀਂ ਅੱਜ ਅਸੀਂ ਤਾਂ ਚਲੋ ਲੱਭਦੇ ਹੀ ਨਹੀਂ ਪਰ ਜਾਨੀ ਕਿ ਚਲੋ ਸਪਾਂਸਰਸ਼ਿਪ ਤਾਂ ਕੀ ਮਿਲਣੀ ਬੜੀ ਕੰਪਨੀ ਦੀ ਮਿਲੀਆਨਾ ਵਾਲਿਆਂ ਨੂੰ ਲੋਕ ਪਛਾੜਦੇ ਨਹੀਂ। ਇਹ ਗੱਲ ਮੰਨਣ ਵਾਲੀ ਆ ਭਾਜੀ। ਮੈਂ ਤੁਹਾਨੂੰ ਪਛਾਣਨ ਵਾਲੀ ਗੱਲ ਤੋਂ ਮੈਂ ਦੱਸਦਾ ਤੁਹਾਨੂੰ ਇੱਕ ਵਾਰੀ ਮੈਂ ਨਾ ਹਾਂਜੀ ਅੰਮ੍ਰਿਤਸਰ ਬੁੱਕ ਹੋ ਕੇ ਚਲਾ ਗਿਆ ਦੋ ਕੁ ਮੁੰਡੇ ਜੇ ਆਏ ਉਹ ਮੈਨੂੰ ਬੁੱਕ ਕਰਕੇ ਚਲੇ ਗਏ ਤੇ ਮੈਂ ਜਦੋਂ ਉੱਥੇ ਪਹੁੰਚਿਆ ਜਗਰਾਤੇ ਵਾਲੇ ਦਿਨ ਮੈਂ ਬੈਠਾ ਮੁੰਡਿਆਂ ਕੋਲੇ ਉਹਨਾਂ ਨੇ ਰੋਟੀ ਰੱਟੀ ਖਾ ਰਹੀ ਸੀ ਮੈਂ ਉਹਨਾਂ ਨੇ ਚਾਹ ਲਿਆ ਦਿੱਤੀ ਹੈ ਨਾ ਦੋ ਤਿੰਨ ਤਿੰਨ ਚਾਰ ਬਜ਼ੁਰਗ ਜੇ ਆਏ ਅੰਦਰ ਹਾਂ ਵੀ ਹਾਂ ਵੀ ਫਰੋਜ਼ ਖਾਨ ਕਿਹੜਾ ਫਰੋਜ਼ ਖਾਨ ਕਿਹੜਾ ਮੈਂ ਕਹਾ ਜੀ ਨਮਸਕਾਰ ਜੀ ਮੈਂ ਕਹਾ ਮੈਂ ਆ ਜੀ ਫਰੋਜ਼ ਖਾਨ ਹਾਂਜੀ ਉਹਨਾਂ ਨੇ ਮੇਰੇ ਨਾਲ ਗੱਲ ਹੀ ਨਹੀਂ ਕੀਤੀ ਉਹ ਵਾਪਸ ਮੁੜ ਗਏ ਫਟਾਫਟ ਬਾਹਰ ਨਿਕਲ ਕੇ ਜਿੱਦਾਂ ਉਹ ਜਿਹੜੇ ਮੁੰਡਿਆਂ ਨੇ ਮੈਨੂੰ ਬੋਕ ਕੀਤਾ ਸੀ ਕਹਿੰਦੇ ਓਏ ਆਹ ਕਿਨੂੰ ਲਿਆਏ ਤੁਸੀਂ ਨਿਆਣੇ ਤੇ ਇਹ ਤਾਂ ਬਹੁਤ ਛੋਟਾ ਹੈ ਹੈ ਏ ਤੁਸੀਂ ਕੀ ਕਰਕੇ ਆਏ ਹੋ ਤੁਸੀਂ ਤੁਹਾਨੂੰ ਕਿਹਾ ਸੀ ਕਲਾਕਾਰ ਬੁੱਕ ਕਰਕੇ ਆਏ ਕਹਿੰਦੇ ਜਿਹੜੀ ਪਾਰਟੀ ਨਾ ਲੱਗਣ ਲੱਗੀ ਐ ਵੀ ਉਹਨਾਂ ਨੂੰ ਹਟਾਓ ਫਟਾਫਟ ਹਟਾਓ ਉਹਨਾਂ ਨੂੰ ਉਹ ਮੈਂ ਕਿਹਾ ਯਾਰ ਵੀ ਉਹਨਾਂ ਨੂੰ ਕਿਉਂ ਹਟਾਣਾ ਅੰਕਲ ਜੀ ਨਹੀਂ 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 ਕਾਕਾ ਪਹਿਲਾਂ ਤੂੰ ਗਾ ਜਿਹੜੀਆਂ ਦੋ ਚਾਰ ਭੇਟਾਂ ਗਾਣੀਆਂ ਤੇ ਫਿਰ ਜੇ ਤੇਰੇ ਤੋਂ ਨਾ ਗੱਲ ਬਣੀ ਨਾ ਫਿਰ ਫਿਰ ਆਪਾਂ ਉਹਨਾਂ ਨੂੰ ਟਾਈਮ ਦੇਵਾਂਗੇ ਮੇਨ ਤੇ ਤੇ ਮੈਂ ਫਿਰ ਮੈਂ ਕਿਹਾ ਜਦ ਇਹ ਪਸੰਦ ਹੀ ਨਹੀਂ ਕਰਦੇ ਮੈਂ ਜ਼ਰੂਰੀ ਐ ਵੀ ਇਹਨਾਂ ਨਾਲ 3 ਘੰਟੇ ਤੇ ਮਗਜ਼ਮਾਰੀ ਕਰੀ ਜਾਣੀ ਜਦੋਂ ਮੈਂ ਗਿਆ ਸਟੇਜ ਤੇ ਦੋ ਭੇਟਾਂ ਗਾਈਆਂ ਉਹ ਮੂਰੇ ਜਿਹੜੇ ਲੋਕ ਸੀਗੇ ਪਿਆਰ ਕਰਨ ਵਾਲੇ ਸੀਗੇ ਜਿਹੜੇ ਆਡੀਅנס ਦੇ ਵਿੱਚ ਉਹ ਫਰਮਾਇਸ਼ਾਂ ਕਰਨ ਲੱਗੇ ਆ ਵੀ ਸੁਣਾ ਦਿਓ ਜੀ ਉਹ ਵੀ ਸੁਣਾ ਦਿਓ ਆਹੋ ਉਹ ਜਿਹੜਾ ਨਾ ਉਹ ਇੱਕ ਮੋਹਰੇ ਕੀਤਾ ਹੁੰਦਾ ਉਹਨੂੰ ਨਹੀਂ ਪਤਾ ਹੁੰਦਾ ਪਰ ਆਡੀਅנס ਨੂੰ ਤਾਂ ਪਤਾ ਹੀ ਹੁੰਦਾ ਵੀ ਇਹ ਬੰਦਾ ਕੌਣ ਆ ਆਡੀਅנס ਨੂੰ ਤਾਂ ਪਤਾ ਹੀ ਸੀਗਾ ਹਾਂ ਆਹੋ ਤੇ ਉਹ ਭਾਜੀ ਬਹੁਤ ਅੱਛਾ ਕੰਮ ਜਾ ਰਿਹਾ ਤੇ ਉਹ ਅੰਕਲ ਮੇਰੇ ਕੋਲੇ ਆਵੇ ਬਈ ਬੇਟਾ ਭਾਈ ਮੇਰੇ ਤੋਂ ਗਲਤੀ ਹੋ ਗਈ ਤੈਨੂੰ ਮੈਂ ਪਛਾੜਿਆ ਨਹੀਂ ਜੀ ਉਹ ਮੈਨਾਂ ਕੋਈ ਨਾ ਅੰਕਲ ਜੀ ਬਸ ਇੱਕ ਕਪੇਟ ਹੋਰ ਰਹਿ ਗਈ ਨਾ 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 ਹਾਂ ਜੀ ਤੂੰ ਤਿੰਨ ਘੰਟੇ ਲਾਣੇ ਹੁਣ ਮੈਂ ਕਹਾ ਨਾ 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 ਮੈਂ ਮੈਂ ਕਹਾ ਪੰਜ ਭੇਟਾਂ ਹੀ ਗਾਣੀਆਂ ਨੇ ਤੁਹਾਡਾ ਮੈਨੇਜਰ ਤੇਰੀਆਂ ਪੰਜ ਭੇਟਾਂ ਤੋਂ ਇੱਕ ਇੱਕ ਗੱਲ ਹੋਰ ਯਾਦ ਆ ਗਈ ਜੀ ਜਿਹੜਾ ਅਸਲੀ ਸਿੰਗਰ ਆ ਜਾਂ ਅਸਲੀ ਆਰਟਿਸਟ ਆ ਉਹਦੇ ਕੋ ਮਟੀਰੀਅਲ ਚਾਹੀਦਾ ਬਹੁਤ ਮਟੀਰੀਅਲ ਚਾਹੀਦਾ ਬਸ ਸਹੀ ਪਤਾ ਨਹੀਂ ਉਹਨੂੰ ਕਿੱਦਾਂ ਦਾ ਮੌਕਾ ਆ ਜਾਣਾ ਬਿਲਕੁਲ ਬਿਲਕੁਲ ਜਿੱਦਾਂ ਦਾ ਹੈਗਾ ਆ ਟਾਈਮ ਉਦਾਂ ਦਾ ਰਜਿਸਟਰ ਖੋਲ ਲਵੇ ਆਪਣੇ ਮਨ ਚ ਜੀ 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 ਖੁਸ਼ੀ ਦਾ ਤਾਂ ਖੁਸ਼ੀ ਦਾ ਦਾਸੀ ਤਾਂ ਦਾਸੀ ਧਾਰਮਿਕ ਤਾਂ ਧਾਰਮਿਕ ਹਾਂ ਜਿੱਥੇ ਕੋਈ ਗਜ਼ਲਾਂ ਸੁਣਨ ਵਾਲੇ ਨੇ ਉਹਨਾਂ ਨੂੰ ਹੋ ਜਾ ਕੁਝ ਚੰਗਾ ਇੱਕ ਪੰਜਾਬੀ ਦੇ ਸਿੰਗਰ ਨੂੰ ਨਾ ਜਗਰਾਤਾ ਆ ਗਿਆ ਜੀ ਇਹ ਗੱਲ ਮੈਨੂੰ ਦੱਸੀ ਆ ਆਪਣੇ ਮੁੰਡੇ ਦਵਿੰਦਰ ਨੇ ਜਿਹੜਾ ਸਾਡੇ ਨਾਲ ਕੀਬੋਰਡ ਵਜਾਉਂਦਾ ਹਾਂਜੀ ਹਾਂ ਦਵਿੰਦਰ ਸਰਦਾਰ ਸਾਹਿਬ ਹਾਂਜੀ ਹਾਂਜੀ ਤੇ ਉਹਨੇ ਮੈਨੂੰ ਦੱਸੀ ਕਹਿੰਦਾ ਜੀ ਮੈਨੂੰ ਉਹਨਾਂ ਨੇ ਘਰ ਸੱਦ ਲਿਆ ਤੇ ਉਹ ਕਹਿੰਦੇ ਜੀ ਸਾਨੂੰ ਜਗਰਾਤਾ ਆ ਗਿਆ ਤੇ ਅਸੀਂ ਗੀਤਾਂ ਦੀ ਤਿਆਰੀ ਕਰਨੀ ਆ ਭੇਟਾਂ ਦੀ ਅੱਛਾ ਜੀ ਤੇ ਕਹਿੰਦਾ ਮੈਂ ਕਿਹਾ ਠੀਕ ਆ ਕਹਿੰਦਾ ਜੀ ਉਹਨਾਂ ਨੇ 6 ਭੇਟਾਂ ਤਿਆਰ ਕਰ ਲਈਆਂ ਅੱਛਾ ਜੀ ਤੇ ਕਹਿੰਦਾ ਮੈਂ ਕਿਹਾ ਵੀ ਫੇਰ ਜੀ ਇਹ ਤੋਂ ਬਾਅਦ ਪਿਛੇ ਭੇਟਾਂ ਨਾਲ ਤੁਹਾਡਾ ਪ੍ਰੋਗਰਾਮ ਕਿੱਦਾਂ ਲੱਗੂਗਾ ਕਹਿੰਦੇ ਕੋਈ ਨਹੀਂ 1-2 ਬਾਰ ਗਾ ਰਿਆਂ ਵਰਗਾ ਦੇਾਂਗੇ ਕੋਈ ਨਹੀਂ ਤੇ ਕਹਿੰਦਾ ਸੀ ਕਿ ਚਲੋ ਠੀਕ ਹੈ ਜੀ ਕਹਿੰਦਾ ਸੀ ਉੱਥੇ ਚੱਲ ਗਏ ਤੇ ਕਹਿੰਦਾ ਉਹਨਾਂ ਨੇ 1 2 3 4 5 6 ਗਾ ਕੇ ਫਿਰ 1 2 3 4 5 6 ਗਾ ਕੇ ਫਿਰ 1 2 ਉਸੇ ਹੀ ਆਰਡਰ ਦੇ ਵਿੱਚ ਹਾਂਜੀ ਤੇ ਕਹਿੰਦਾ ਤਿੰਨ ਵਾਰੀ ਗਾਤੀ ਹੈ ਹੈ ਆਰਾਫੇ ਤਾਂ ਹੋ ਗਈ ਤੇ ਪਰ ਮੈਂ ਹੁਣ ਤੁਹਾਨੂੰ ਜਿਹੜੀ ਗੱਲ ਮੈਂ ਜਿਹੜੀ ਦੱਸਣ ਲੱਗਾ ਕਿ ਸੁਣਨ ਵਾਲੇ ਵੀ ਉੱਦਾਂ ਦੇ ਹਾਂਜੀ ਅੱਛਾ ਕਹਿੰਦਾ ਜਦੋਂ ਤਿੰਨ ਵਾਰੀ ਕਹਿੰਦਾ ਗਾ ਦਿੱਤੀਆਂ ਤਾਂ ਪ੍ਰੋਗਰਾਮ ਬੰਦ ਕਰ ਦਿੱਤਾ ਤੇ ਕਹਿੰਦਾ ਆਰਟਿਸਟ ਸਟੇਜ ਤੋਂ ਉਤਰ ਗਿਆ ਤੇ ਕਹਿੰਦਾ ਉੱਥੇ ਲੋਕਾਂ ਨੇ ਰੌਲਾ ਪਾ ਲਿਆ ਮੁੰਡਿਆਂ ਨੇ ਹਾਂਜੀ ਹਾਂਜੀ ਕਹਿੰਦੇ ਹਲੇ ਬੰਦ ਨਹੀਂ ਕਰਨ ਦੇਣਾ ਹੋਰ ਗਾਓ ਹੋਰ ਗਾਓ ਕਹਿੰਦਾ ਅਸੀਂ ਕੀਬੋਰਡ ਵੀ ਬੰਦ ਕਰ ਦਿੱਤੇ ਉਹ ਆਰਟਿਸਟ ਆੜ ਗਿਆ ਮੈਂ ਨਹੀਂ ਕਹਿੰਦਾ ਗਾਂਦਾ 6:18 ਹੋ ਗਈ ਗੱਲ ਵੱਧ ਗਈ ਆਹ ਗੱਲ ਵੱਧ ਗਈ ਤੇ ਕਹਿੰਦਾ ਰੌਲਾ ਪੈਂਦਾ ਪੈਂਦਾ ਕਾਰ ਤੱਕ ਫਰੋਸ ਚੱਲ ਗਿਆ। ਅੱਛਾ ਜੀ। ਉੱਥੇ ਝਗੜਾ ਝਗੜਾ ਹੋਇਆ ਬੰਦੇ ਵਿੱਚ ਹੋਰ ਪੈ ਗਿਆ ਤੇ ਉਹਨੂੰ ਮੋੜ ਕੇ ਲੈ ਆ ਤੇ ਉਹ ਆਰਟਿਸਟ ਕਹਿੰਦਾ ਦਵਿੰਦਰ ਹੁਣਾਂ ਨੂੰ ਕਹਿੰਦਾ ਯਾਰ ਖੋਲ ਲਓ ਕੀਬੋਰਡ ਗਾਣਾ ਪੈਣਾ ਥੋੜਾ ਜਿਹਾ ਹੋਰ। ਅੱਛਾ ਜੀ। ਤੇ ਕਹਿੰਦੇ ਅਸੀਂ ਕਿਹਾ ਚਲੋ ਠੀਕ ਆ ਤੇ ਕਹਿੰਦਾ ਉਹ ਸਟੇਜ ਤੇ ਆ ਗਿਆ ਤੇ ਬੋਲਣ ਲੱਗ ਪਿਆ ਕੋਈ ਗੱਲ ਨਹੀਂ ਆਪਾਂ ਖੁਸ਼ ਕਰਕੇ ਜਾਵਾਂਗੇ ਜਿੱਦਾਂ ਕਰਦਾ ਹੁੰਦਾ ਲੜਾਈ ਨੂੰ ਪੈਚ ਜਿਹਾ ਕਰੇ। ਆਹੋ। ਦਵਿੰਦਰ ਕਹਿੰਦਾ ਮੈਂ ਉਹਦੇ ਪਿੱਛੇ ਜਾ ਕੇ ਖੜਾ ਤੇ ਕਹਿੰਦਾ ਮੈਂ ਜਦੋਂ ਮਾੜਾ ਗੀ ਗਣ ਹਾਂਜੀ ਕਹਿੰਦਾ ਉਹ ਮੈਨੂੰ ਕਹਿੰਦਾ ਪਹਿਲਾਂ ਤੋਂ ਫੇਰ ਸ਼ੁਰੂ ਕਰ ਲੈ ਛੇ ਚੋਕਾ 24 ਕਰ ਦਿੰਦੇ ਆ ਆਪਾਂ ਐਲਾਂ 18 ਆਹ ਦੁਨੀਆ ਦੇ ਰੰਗਾਂ ਦਾ ਪਤਾ ਨਹੀਂ ਭਾਜੀ ਹਾਂਜੀ ਹਾਂਜੀ ਬਸ ਦੁਨੀਆ ਜਲਵਾ ਚੋਂਦੀ ਹੈ ਹਾਂ ਸੁਣਨ ਵਾਲੇ ਵੀ ਕਈ ਵਾਰੀ ਉਹਨਾਂ ਨੂੰ ਵੀ ਨਹੀਂ ਪਤਾ ਲੱਗਦਾ ਹਾਂ ਸੁਣਨ ਵਾਲਿਆਂ ਤੇ ਵੀ ਡਿਪੈਂਡ ਕਰਦਾ ਭਾਜੀ ਜੇ ਹੁਣ ਹੁਣ ਤੁਸੀਂ ਦੇਖਿਆ ਹੋਊਗਾ ਮੋਸਟਲੀ ਇੱਕੋ ਜਿਹੀ ਕੰਪੋਜੀਸ਼ਨਾਂ ਇੱਕੋ ਜਿਹੀ ਗੀਤ ਹਾਂ ਸਿੱਕਣਾ ਜਿਹੜੀ ਆਰਟਿਸਟਰੀ ਆ ਕੋਈ ਵੀ ਚਾਹੇ ਗੀਤ ਲਿਖਣ ਆ ਚਾਹੇ ਗਾਉਣੇ ਆ ਚਾਹੇ ਪੇਂਟਿੰਗ ਆ ਕੋਈ ਵੀ ਆਰਟਿਸਟਰੀ ਚਾਹੇ ਡਾਂਸ ਹੋਵੇ ਜੀ ਇਹਦਾ ਕੁਝ ਫੜ ਨਹੀਂ ਲੈਣਾ ਜੀ ਜੀ ਹਰ ਇੱਕ ਆਰਟਿਸਟ ਦੇ ਦਿਮਾਗ 'ਚ ਚੀਜ਼ ਆ ਦਿਮਾਗ ਚੀਜ਼ ਆ ਬੜੀ ਸਹੀ ਗੱਲ ਜਿਹੜਾ ਡਾਕਟਰ ਆ ਉਹਦੇ ਕੋਲ ਸਰਟੀਫਿਕੇਟ ਆ ਜਿਹੜਾ ਥਾਣੇਦਾਰ ਆ ਉਹਦੇ ਕੋਲ ਵਰਦੀ ਆ ਹਾਂ ਬਿਲਕੁਲ ਬਿਲਕੁਲ ਪਰ ਹੁਣ ਇੱਕ ਗਾਇਕ ਕੋਲ ਕੀ ਆ ਉਹ ਨੂੰ ਰਾਹ ਜਾਂਦਿਆਂ ਬੰਦਾ ਪਛਾਣਦਾ ਨਹੀਂ ਕਿ ਇਹਦੇ ਕੋਈ ਕਲਾ ਹੈ ਕਿ ਨਹੀਂ ਹਾਂ ਕੱਲ ਮੈਂ ਨਾ ਸੈਰ ਕਰਨ ਜਾ ਰਿਹਾ ਹਾਂ ਹਾਂਜੀ ਮਾਰਨਿੰਗ ਇੱਕ ਬਿਹਾਰੀ ਬੰਦਾ ਨਾ ਗਾਣਾ ਲਾਈ ਖੜਾ ਹਾਂਜੀ ਅੱਜ ਸੱਜਣਾ ਵੇ ਮਿਲਿਆਂ ਨੂੰ ਹੋ ਗਿਆ ਜ਼ਮਾਨਾ ਹਾਂਜੀ ਹਾਂ ਮੈਂ ਉਹਨੂੰ ਉਦਾਂ ਹੀ ਪੁੱਛ ਲਿਆ ਮੈਂ ਕਿਹਾ ਮੈਨੂੰ ਚਾਹ ਜਾਂ ਚੜ੍ਹਿਆ ਫਾਜੀ ਤੇ ਕੱਲ ਦੀ ਗੱਲ ਹੈ ਕਸਮ ਲੱਗੇ ਹਾਂ ਮੈਂ ਪੁੱਛਿਆ ਮੈਂ ਕਿਹਾ ਯਾਰ ਇਹ ਕਿਸਕਾ ਗਾਣਾ ਸੁਣ ਰਹੇ ਹੋ ਤਾਂ ਪਤਾ ਨਹੀਂ ਜੀ ਕੌਣ ਹੈ ਚੁੱਪ ਕਰਕੇ ਅੱਗੇ ਲਾਂ ਗਿਆ ਵਾ ਇਹ ਦਿਨਾਂ ਮਾਰਨਿੰਗ ਕਰਾਫਟ ਕਰ ਲਈ ਮਨਪ੍ਰੋਸਕ ਨਹੀਂ ਨਹੀਂ ਮੈਂ ਇੱਕ ਵਾਰੀ ਅੰਮਰਸਰ ਮੇਰਾ ਪ੍ਰੋਗਰਾਮ ਚੱਲ ਰਿਹਾ ਇੱਕ ਬਿਹਾਰੀ ਬੰਦਾ ਆ ਗਿਆ ਸਟੇਜ ਤੇ ਹਾਂਜੀ ਇਹਨੂੰ ਕਹਿੰਦਾ ਜੀ ਮੈਂ ਆਪਕਾ ਬਹੁਤ ਵੱਡਾ ਫੈਨ ਹਾਂ ਹਾਂ ਮੈਂ ਕਹਾ ਯਾਰ ਤੂੰ ਮੇਰਾ ਕਿਹੜਾ ਗਾਣਾ ਸੁਣਿਆ ਹਾਂ ਕਹਿੰਦਾ ਜੀ ਉਹ ਨਵੇਂ-ਨਵੇਂ ਆਏ ਆ ਪੰਜਾਬ ਮੇ ਧੀਰੇ-ਧੀਰੇ ਕਰਾਂਗੇ ਤਰੱਕੀ ਹਾਂ ਮੈਂ ਤੇਰੇ ਲਈ ਤਾਂ ਇਹ ਕੈਨੇਡਾ ਵੇ ਕੱਲ ਉਹੀ ਆ ਗਈ ਮੈਂ ਕਹਿਣਾ ਇਹ ਚਾਹੁੰਦਾ ਸੀਗਾ ਕਿ ਜਿਹੜਾ ਸੰਗੀਤ ਆ ਉਸ ਬੰਦੇ ਨੂੰ ਜਿਹੜਾ ਤੁਹਾਡਾ ਗਾਣਾ ਸੁਣ ਰਿਹਾ ਸੀ ਜੀ ਜੀ ਉਹਨੂੰ ਜ਼ਰੂਰਤ ਨਹੀਂ ਹੈ ਇਹ ਦੇਖਣ ਦੀ ਕਿ ਉਹ ਆਰਟਿਸਟ ਨੂੰ ਜਾਣਦਾ ਹੋਵੇ ਉਹਨੂੰ ਉਹਦਾ ਨਾਮ ਪਤਾ ਹੋਵੇ ਉਹ ਉਹਨੂੰ ਸਕੂਨ ਦੇ ਰਿਹਾ ਉਹਨੂੰ ਨਜ਼ਾਰਾ ਦੇ ਰਿਹਾ ਉਹਨੂੰ ਸਕੂਨ ਦੇ ਰਿਹਾ ਸਹੀ ਗੱਲ ਹੈ ਇਹ ਤਾਂ ਗੱਲ ਹੈ ਇਹ ਤਾਂ ਬੜੀ ਫਿਰ ਤੁਸੀਂ ਹੋਰ ਕੀ ਗੱਲ ਕਰ ਸਕਦੇ ਆ ਕਿ ਤੁਹਾਨੂੰ ਪਤਾ ਵੀ ਨਹੀਂ ਉਹ ਬੰਦਾ ਕੌਣ ਆ ਤੇ ਉਸ ਬੰਦੇ ਨੂੰ ਪਤਾ ਨਹੀਂ ਤੁਸੀਂ ਕੌਣ ਆ ਤੁਸੀਂ ਕੌਣ ਹੋ ਪਰ ਤੁਹਾਡੀ ਫਿਰ ਵੀ ਉਹਦੇ ਉੱਤੇ ਮਿਹਰਬਾਨੀ ਹੋ ਰਹੀ ਇੱਕ ਤਰੀਕੇ ਨਾਲ ਬਿਲਕੁਲ ਬਿਲਕੁਲ ਸੁਣ ਰਿਹਾ ਹੈ ਇਸ ਗੱਲ ਦਾ ਤਾਂ ਬਹੁਤ ਵੱਡਾ ਸ਼ੁਕਰ ਕਰਦੇ ਆ ਰੱਬ ਦਾ ਨਾ ਭਾਜੀ ਇਹ ਤਾਂ ਬਹੁਤ ਵੱਡਾ ਸ਼ੁਕਰ ਹੈ ਪਤਾ ਨਹੀਂ ਕਿਹਨੂੰ ਕਿਹਨੂੰ ਸਕੂਨ ਮਿਲਦਾ ਕਿ ਜਿਹੜਾ ਤੁਹਾਨੂੰ ਜਾਣਦਾ ਵੀ ਨਹੀਂ ਹਾਂ ਉਹਦੀ ਜ਼ਿੰਦਗੀ ਪਤਾ ਨਹੀਂ ਕਿੰਨੀ ਔਖੀ ਆ ਉਹਨ ਪਤਾ ਨਹੀਂ ਕਿੰਨੀ ਔਖੀ ਦਿਹਾੜੀ ਲਾਣੀ ਆ ਗਾਂ ਤੇ ਕਹਿੰਦਾ ਹੋਣਾ ਜਰ ਪਹਿਲਾਂ ਦੋ ਗਾਣੇ ਸੁਣ ਲਈਏ ਹਨਾ ਸਵੇਰੇ ਸਵੇਰੇ ਗਾਣੇ ਸੁਣ ਲਈਏ ਸਹੀ ਗੱਲ ਸਹੀ ਅੱਛਾ ਫਰੂਜ਼ ਜਿਹੜੇ ਤੁਹਾਡੇ ਬੜਾ ਭਰਾ ਆ ਉਹ ਹੱਡੀਆਂ ਦੇ ਡਾਕਟਰ ਆ ਹਾਂਜੀ ਹਾਂ ਬੱਡੇ ਭਰਾ ਮੇਰੇ ਸਾਡੇ ਨਾ ਪਿੰਡ ਦੇ ਵਿੱਚ ਪਹਿਲਵਾਨ ਹੁੰਦੇ ਸੀਗੇ ਹੱਡੀਆਂ ਵਾਲੇ ਸਾਡੇ ਚਾਚਾ ਹੀ ਲੱਗਦੇ ਸੀਗੇ ਉਹ ਨਾ ਹਾਂ ਉਹਨਾਂ ਨਾਲ ਸਾਡਾ ਮਿਲਬਰਤਨ ਬਹੁਤ ਸੀਗਾ ਉਹ ਫਿਰ ਜਦੋਂ ਛੋਟੇ ਹੁੰਦੇ ਸੀ ਸਾਰੇ ਉਹ ਕਿਸੇ ਨੂੰ ਕਿਸੇ ਤਰੀਕੇ ਹਸਪੀਟਲ ਕਿਸੇ ਨੂੰ ਕਿਸੇ ਹਸਪੀਟਲ ਜਹਣਾ ਮਲੇਰ ਕੋਟਲੇ ਇਧਰ ਉਧਰ ਕੋਈ ਬਰਨਾਲੇ ਐਦਾਨਾ ਨੇ ਸਾਰੇ ਭਰਾਵਾਂ ਨੂੰ ਐਡਜਸਟ ਕਰ ਲਿਆ ਤੇ ਸਾਰਿਆਂ ਨੂੰ ਹੱਡੀਆਂ ਦਾ ਕੰਮ ਸਕੇ ਹਾਂ ਹਾਂ ਕੋਈ ਚਲੋ ਤੁਹਾਡਾ ਰੋਜ਼ਗਾਰ ਲੱਗ ਜਾਊਗਾ ਹਾਂ 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 ਉਹ ਮੈਨੂੰ ਵੀ ਕੰਮ ਦਾ ਥੋੜਾ ਸੀਗਾ ਗਿਆਨ ਹੁਣ ਤਾਂ ਚਲੋ ਖੈਰ ਬੜੀ ਧੀਰ ਹੋ ਗਈ ਹੈ 15 20 ਸਾਲ 25 ਸਾਲ ਪਹਿਲਾਂ ਦੀ ਗੱਲ ਹੈ ਹੂੰ ਮੈਂ ਵੀ ਇੱਥੇ ਆ ਕੇ ਜਿੱਦਾਂ ਕਿਸੇ ਦਾ ਜੇ ਕੋਈ ਗਿੱਟਾ-ਗੁੱਟਾ ਉੱਤਰ ਜਾਣਾ ਤੇ ਮੈਨੂੰ ਐਦਾਂ ਹੋਣਾ ਯਾਰ ਮੈਨੂੰ ਤਕਲੀਫ ਜੀ ਹੋਣੀ ਯਾਰ ਇਹ ਤਾਂ ਬੰਦੇ ਚੱਲਿਆਂ ਨ ਜਾ ਰਹੇ ਆਂ ਦਾ ਗਿੱਟਾ ਠੀਕ ਕਰ ਦੇ ਉਹ ਕਰ ਦੇਣਾ ਮੈਂ ਹਾਂ ਉਹ ਫਿਰ ਹੌਲੀ-ਹੌਲੀ ਕਰਕੇ ਨਾ ਲੋਕਾਂ 'ਚ ਮੇਰੀ ਮਸ਼ਹੂਰੀ ਹੋਣ ਲੱਗੀ ਮੈਂ ਕਿਹਾ ਯਾਰ ਇਹ ਕੰਮ ਬੰਦ ਕਰਨਾ ਹੈ ਯੋ ਮੇਰੇ ਉਧਰ ਗੌਣ ਵਾਲੇ ਗੌਣ ਵਾਲੇ ਨੂੰ ਵੀ ਸੁਣ ਰਹੇ ਨੇ ਤੇ ਚਾਰ ਪੰਜ ਪਿੱਛੇ ਬੰਦੇ ਖੜੇ ਨੇ ਯਾਰ ਮੇਰਾ ਗੋਡਾ ਵੀ ਠੀਕ ਨੇ ਬਿਆਦੇ ਵਿੱਚ ਤਾਂ ਇੱਕ ਤਾਂ ਬੰਦੇ ਸ਼ਰਾਬੀ ਹੁੰਦੇ ਆ ਤੇ ਇੱਕ ਨੱਚਦੇ ਹੁੰਦੇ ਆ ਤੇ ਗਿੱਟੇ ਉਤਰਨੇ ਤਾਂ ਬਹੁਤ ਮਚਕੋੜ ਆਉਣੀ ਤਾਂ ਬਹੁਤ ਜਾਨਕੀ ਚਾਂਸ ਆ ਬੰਦੇ ਦੇ ਕਿਤੇ ਬਾਹਰ ਲਾਈਨ ਲੱਗੀ ਹੋਇਆ ਕਰੇ ਨਹੀਂ ਜਦੋਂ ਹੁਣ ਹੁੰਦਾ ਹੁਣ ਤੁਹਾਨੂੰ ਪਤਾ ਨਹੀਂ ਲੱਗਦਾ ਕਿਉਂਕਿ ਉਹ ਬੰਦਾ ਚਲੇ ਜਾਂਦਾ ਕਿਸੇ ਹੱਡੀਆਂ ਵਾਲੇ ਕੋਲ ਨਹੀਂ ਤਾਂ ਉਹ ਨਹੀਂ ਤੁਹਾਡੇ ਕੋਲ ਆ ਜਾਂਦਾ ਸੀ ਜੇ ਮੈਂ ਮਸ਼ਹੂਰ ਹੋਇਆ ਹੁੰਦਾ ਉਹਨੇ ਬਾਹਰ ਖੜ ਜਾਣਾ ਸੀ ਗੱਡੀ ਕੋਲੇ ਹਾਂਜੀ ਤੇ ਯਾਰ ਉਹ ਤੇਰੇ ਮੂਰੇ ਨਜਦੇ ਨਜਦੇ ਗਿੱਟਾ ਮੁੜ ਗਿਆ ਹੁਣ ਤੂੰ ਵੀ ਠੀਕ ਇਹ ਜਿੱਦਾਂ ਕਾਇਰੋਪ੍ਰੈਕਟਰ ਵਾਲਾ ਕੰਮ ਹੋ ਗਿਆ ਇੱਧਰ ਵਾਲਾ ਜਿੱਦਾਂ ਇੱਧਰ ਕਾਇਰੋਪ੍ਰੈਕਟਰ ਨਹੀਂ ਹੁੰਦੇ ਜੀ 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 ਬਿਲਕੁਲ ਬਿਲਕੁਲ ਫੇਰ ਦਾ ਮਤਲਬ ਤੁਹਾਡੇ ਪਿੰਡ ਫੇਖਾੜਾ ਵੀ ਹੁੰਦਾ ਹੋਊਗਾ ਇਹਨਾਂ ਦਾ ਆਪਣੇ ਪਹਿਲਵਾਨਾਂ ਦਾ ਹਾਂ ਜੀ ਪਹਿਲਵਾਨ ਸੀਗੇ ਹਾਂ ਕਾਫੀ ਸਾਰੇ ਪਹਿਲਵਾਨ ਸਾਡੇ ਪਿੰਡ ਕੁਸ਼ਤੀ ਦਾ ਉਹ ਮੇਲਾ ਵੀ ਲੱਗਦਾ ਰਿਹਾ ਹੁਣ ਤੱਕ ਵੀ ਲੱਗਦਾ ਹੈ ਹਾਂ ਸਾਡੇ ਪਿੰਡ ਵੀ ਹੁੰਦੀ ਹੁੰਦੀ ਆ ਛਿੰਜ ਜਿਹਨੂੰ ਕਹਿੰਦੇ ਹੁੰਦੇ ਪੰਜਾਬੀ ਚ ਜੀ ਹਾਂ ਛਿੰਜ ਹਾਂ ਚੈਂਜ ਪਰ ਹੁੰਦੇ ਅੱਗੇ ਬਹੁਤ ਘੱਟ ਨਾਮ ਹੁੰਦੇ ਸੀ 100 ਰੁਪਈਆ 1.5 ਰੁਪਈਆ ਹਾਂ ਨਹੀਂ ਨਾਮ ਹੁੰਦੇ ਹੁਣ ਤਾਂ ਭਾਜੀ ਲੱਖਾਂ ਚਲੇਗੀ ਨਾ ਗੱਲ ਹੁਣ ਤਾਂ ਲੱਖਾਂ ਚ ਕੰਮ ਚੱਲ ਗਿਆ ਦੇਖ ਲਓ ਜਿੱਤੇ ਹੋਏ ਪੁਲਵਾਰ ਨੂੰ ਮੋਟਰਸਾਈਕਲ ਦੇਣਾ ਹੈ ਬੁਲਟ ਹੂੰ ਹੂੰ ਜਿੱਤੇ ਹੋਏ ਪੁਲਵਾਰ ਨੂੰ ਟਰੈਕਟਰ ਦੇਣਾ ਹੈ ਜਾਂ ਜਿਹੜੇ ਮੁੰਡੇ ਕਬੱਡੀ ਖੇਡਦੇ ਆ ਕਬੱਡੀ ਵੀ ਬੜੀ ਪਿਆਰੀ ਗੇਮ ਹੈ ਹਾਂਜੀ ਕਬੱਡੀ ਖੇਡਦੇ ਆ ਉਹਨਾਂ ਨੂੰ ਕੈਕਟਰਾਂ ਨਾਲ ਸਨਮਾਨ ਕੀਤਾ ਜਾਂਦਾ ਹੈ ਬਿਲਕੁਲ ਬਿਲਕੁਲ ਜੱਫੀਆਂ ਦੇ ਉੱਤੇ 1 21000 ਰੁਪਏ ਦਾ ਉਹ ਲੱਗ ਜਾਂਦਾ ਇਨਾਮ ਕਿ ਜਿਹੜਾ ਜੱਫਾ ਲਾਊਗਾ ਮੈਂ 21000 ਦਵਾਂਗਾ ਹਾਂਜੀ 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 ਕੀਮਤ ਤਾਂ ਹੁਣੇ ਪੈਣ ਲੱਗੀ ਆ ਪਹਿਲਾਂ ਤਾਂ ਬਹੁਤ ਨਾ ਜਣ ਕੇ ਬਹੁਤ ਹੀ ਘੱਟ ਇਨਾਮ ਹੁੰਦੇ ਸੀ ਬਹੁਤ ਘੱਟ ਸੀ ਆ ਹਾਂ ਛੌਂਕ ਨੂੰ ਹੀ ਲੋਕ ਕਰਦੇ ਹੁੰਦੇ ਸੀ ਬਿਲਕੁਲ ਬਿਲਕੁਲ ਪੈਸੇ ਦੀ ਕੀਮਤ ਵੀ ਬਹੁਤ ਘਟ ਗਈ ਨਾ ਬਹੁਤ ਘਟ ਗਈ ਵੈਲਿਊ ਘਟ ਗਈ ਲੱਖ ਬਹੁਤ ਛੋਟਾ ਹੋ ਗਿਆ ਹਾਂਜੀ ਹਾਂਜੀ ਜਦੋਂ ਅਸੀਂ ਯਾਰ ਆਏ ਆ 1990 ਚ ਅਸੀਂ ਆਏ ਆ ਅਸੀਂ ਆ ਕੇ ਜਦੋਂ ਪਹਿਲਾ ਕੰਮ ਸ਼ੁਰੂ ਕੀਤਾ ਤਾਂ ਸਾਡੀ 5 35 ਸੀਗੀ ਘੰਟੇ ਦੀ ਤਨਖਾਹ ਕੈਨੇਡਾ ਚ ਬੱਲੇ 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 5 ਡਾਲਰ ਤੇ 35 ਸੈਂਟ ਹੁਣ ਹੁਣ ਮੇਰੇ ਖਾਲ 20 25 ਡਾਲਰ ਹੈਗੀ ਆ ਹੁਣ ਨਾ ਆਹੋ ਆਹੋ ਉਹੀ ਗੱਲ ਆ ਕਿ ਪਰ ਉਹ ਕੀਮਤਾਂ ਵੀ ਚੀਜ਼ਾਂ ਦੀਆਂ ਫਿਰ ਪਰ ਕੀਮਤਾਂ ਛੇ ਜਿਆਦੇ ਵੱਧ ਗਈਆਂ ਉਦੋਂ ਦੇਖ ਲਓ ਉਦੋਂ 2 ਲੱਖ ਦਾ ਘਰ ਆ ਜਾਂਦਾ ਸੀ ਹੁਣ ਉਹ 2 ਮਿਲੀਅਨ ਦਾ ਦਾ 2 ਮਿਲੀਅਨ ਦਾ ਇੱਥੇ ਵੀ ਹੁਣ ਤੇਲ ਦੀ ਕੀਮਤ ਅੱਜ ਮੈਂ ਦਿੱਲੀ ਦਾ ਦੇਖ ਅੱਜਾ ਦਿੱਲੀ ਦੇ ਵਿੱਚ ਪੈਟਰੋਲ ਦੀ ਕੀਮਤ ਹਾਂਜੀ 106 ਰੁਪਏ ਹੋ ਗਈ ਹੈ 106.35 ਪੈਸੇ ਇੰਡੀਆ ਚ ਨਾ ਪੈਟਰੋਲ ਇਧਰਲੇ ਹਿਸਾਬ ਨਾਲ ਬਹੁਤ ਮਹਿੰਗਾ ਇਨਕਮ ਦੇ ਹਿਸਾਬ ਨਾਲ ਬਹੁਤ ਮਹਿੰਗਾ ਕੋਈ ਮਹਿੰਗਾਈ ਦੇ ਖਿਲਾਫ ਉੱਠ ਕੇ ਖੜਾ ਵੀ ਨਹੀਂ ਹੋ ਰਿਹਾ ਲੋਕ ਚੁੱਪ ਚਾਪ ਸਹਿ ਰਹੇ ਨੇ ਮੈਨੂੰ ਇਹ ਵੀ ਨਹੀਂ ਸਮਝ ਲੱਗਦੀ ਸਿਰਫ ਬੰਦਾ ਇੰਨਾ ਹੀ ਕਰ ਸਕਦਾ ਕਿ ਵੋਟਾਂ 'ਚ ਸਰਕਾਰ ਬਦਲ ਦੇਓ ਪਰ ਜੇ ਸਰਕਾਰਾਂ ਦੇ ਬਸ ਵਿੱਚ ਹੁੰਦੀ ਮਹਿੰਗਾਈ ਤਾਂ ਅੱਜ ਤੱਕ ਕਿੱਦਾਂ ਵਾਅਦਨ ਦਿੰਦੇ ਵਾਅਦਨ ਦਿੰਦੇ ਹਾਂ ਇਹ ਵੀ ਕਰਦਾ ਹਾਂ ਫਿਰ ਤਾਂ ਉਹੀ ਚੁਵਾਨੀਆਂ ਠਿਆਨੀਆਂ ਦੀਆਂ ਚੀਜ਼ਾਂ ਹੋਣੀਆਂ ਸੀ ਰੁਪਏ ਦੀਆਂ ਕਿਲੋ ਜਲੇਬੀਆਂ ਮੈਨੂੰ ਜਦ ਰਹਾ ਤਾਂ ਇੱਕ ਗੱਲ ਯਾਦ ਆ ਗਈ ਹਾਂਜੀ ਇੱਕ ਵਾਰ ਸਾਨੂੰ ਠਿਆਨੀ ਲੱਭੀ ਕਿਤੇ ਓਹੋ ਮੈਨੂੰ ਤੇ ਕਮਲ ਨੂੰ ਹਾਂਜੀ ਖੋਠਿਆਨੀ ਲੱਭੀ ਤੇ ਉਹ ਨਾ ਜੀ ਉਹ ਸੀਗੀ ਖੋਟੀ ਨਹੀਂ ਜਾਣ ਕੇ ਛੋਟੇ ਹੁੰਦੇ ਸੀਗੇ ਸਾਨੂੰ ਉਹ ਲੱਭੀ ਤੇ ਅਸੀਂ ਕਹਿੰਦਾ ਕੀ ਹੋ ਸਕਦਾ ਸਾਡੇ ਘਰ ਦੇ ਕਹਿੰਦੇ ਸੀਗੇ ਵੀ ਤੁਸੀਂ ਇਦਾਂ ਦਾ ਗਲਤ ਕੰਮ ਨਹੀਂ ਕਰਨਾ ਪੇ ਖੋਟੀ ਠਿਆਨੀ ਨਹੀਂ ਚਲਾਨੀ ਜੀ ਪਰ ਤੈਨੂੰ ਪਤਾ ਪੇ ਨਿਆੜੇ ਤੇਜ ਹੁੰਦੇ ਆ ਤੇ ਅਸੀਂ ਸੋਚਿਆ ਵੀ ਕੀ ਹੋ ਸਕਦਾ ਅਸੀਂ ਇੱਕ ਹੋਰ ਮੁੰਡੇ ਨਾਲ ਸੌਦਾ ਕੀਤਾ ਇੱਕ ਸਾਡੇ ਪਿੰਡ ਦਾ ਬਹੁਤ ਬਜ਼ੁਰਗ ਜਿਹਾ ਬੰਦਾ ਹੁੰਦਾ ਸੀ ਉਹ ਗੋਲ ਗੱਪੇ ਵੇਚਦਾ ਹੁੰਦਾ ਸੀ ਤੇ ਚੁਵਾਨੀ ਦਾ ਇੱਕ ਗੋਲ ਗੱਪਾ ਹੁੰਦਾ ਸੀ ਤੇ ਅਸੀਂ ਉਹਦੇ ਨਾਲ ਸੌਦਾ ਇਹ ਕੀਤਾ ਅਦੀ ਗੱਪੇ ਤੂੰ ਇਹ ਠਿਆਨੀ ਲੈ ਕੇ ਜਾਣਾ ਉਹਦੇ ਕੋਲ ਤੇ ਦੋ ਗੋਲ ਗੱਪੇ ਲੈਣੇ ਆ ਤੇ ਗੋਲ ਗੱਪੇ ਅਸੀਂ ਖਾ ਲੈਣੇ ਆ ਤੇ ਜਿਹੜੀ ਖਟਿਆਈ ਉਹ ਤੂੰ ਪੀ ਲੈ ਸੋ ਦਾਦਾ ਨਖਰਾ ਸੀ ਗਾ ਵਧੀਆ ਜੀ ਉਹਨਾਂ ਦਾ ਚਲੋ ਵਾਕਤਾ ਆ ਤੇ ਉਹ ਜੀ ਧਿਆਨੀ ਲੈ ਕੇ ਉਹ ਮੁੰਡਾ ਰੈਡੀ ਤੇ ਉਹ ਜਾਣ ਨੂੰ ਤਿਆਰ ਤੇ ਅਸੀਂ ਉਹਨੂੰ ਕਹੀ ਜਾਈਏ ਸੀ ਕਿ ਹੱਲੇ ਨਾ ਜਾ ਇਨੇਰਾ ਹੋ ਲੈਣ ਦੇ ਥੋੜਾ ਜਿਹਾ ਉਹਨੂੰ ਪਤਾ ਲੱਗ ਜਾਣਾ ਥੋੜਾ ਜਿਹਾ ਦੱਸਣੀ ਨਹੀਂ ਚਾਹੀਦੀ ਸੀ ਦੱਸਣੀ ਨਹੀਂ ਚਾਹੀਦੀ ਉਹ ਕਾਫੀ ਹਨੇਰਾ ਹੋ ਗਿਆ ਤੇ ਜਦੋਂ ਉਹਦੇ ਕੋਲ ਜਾ ਕੇ ਗਿਆ ਤੇ ਉਹ ਨਾ ਉਹਨੇ ਤੀਲ ਵਾਲ ਕੇ ਦੇਖ ਲਈ ਚੱਲੀ ਫੇਰ ਨਹੀਂ ਆਏਗੀ ਚੱਲੀ ਨਹੀਂ ਉਹ ਫੋਚੇ ਹੀ ਰਗੇ ਗੋਲ ਗੱਪੇ ਖਾਦੇ ਨਹੀਂ ਫੇਰ ਵਾਹ ਜੀ ਵਾਹ ਦੇਖ ਉਸ ਬੰਨਾ ਹੁੰਦਾ ਸੀ ਬਹੁਤ ਬਹੁਤ ਧੰਨਵਾਦ ਫਿਰੋਜ਼ ਬਹੁਤ ਵਧੀਆ ਗੱਲਾਂ ਹੋਈਆਂ ਜੀ ਬਾਜੀ ਇੱਧਰ ਨੂੰ ਆਣਾ ਕਦੋਂ ਆਏ ਹੁਣ ਆਉਣੇ ਆ ਬਸ ਹੁਣ ਖੁੱਲ ਚੱਲਿਆ ਸਭ ਕੁਝ ਆਜੋ 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 ਫਿਰ ਮਿਲਦੇ ਆਂ ਬਾਜੀ ਕਿਸੇ ਦਿਨ ਹਾਂ ਹਾਂ ਮਿਲਦੇ ਆਂ ਤੁਸੀਂ ਵੀ ਆਓ ਤੁਸੀਂ ਜਰ ਆਉਣਾ ਸੀ ਮੈਂ ਜਦੋਂ ਆਇਆ ਫਿਰ ਮੈਂ ਮਿਲ ਕੇ ਜਾਊਂਗਾ ਤੁਹਾਨੂੰ ਹਾਂਜੀ ਹਾਂਜੀ ਤੁਸੀਂ ਆਓ ਨਾਲੇ ਇੱਧਰ ਗੇੜਾ ਛੇੜਾ ਮਾਰ ਜਾ ਠੀਕ ਹੈ ਤੇ ਚਲੋ ਮਿਲਦੇ ਆਂ ਜੀ ਫਿਰ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਬਾਜੀ ਠੀਕ ਹੈ ਬਾਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਪੰਜਾਬੀ ਪੋਡਕਾਸਟ ਨੂੰ ਸੁਣਨ ਲਈ ਬਹੁਤ-ਬਹੁਤ ਧੰਨਵਾਦ ਅਸੀਂ ਹਰ ਹਫਤੇ ਸ਼ੁੱਕਰਵਾਰ ਨੂੰ ਇੱਕ ਨਵਾਂ ਐਪੀਸੋਡ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਹਾਂ ਪੰਜਾਬੀ ਪੋਡਕਾਸਟ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਫੋਲੋ ਕਰੋ ਜਿੰਨਾ ਵੀ ਹੋ ਸਕਦਾ ਸ਼ੇਅਰ ਕਰੋ ਤੁਹਾਡੇ ਸਹਿਯੋਗ ਤੇ ਹੱਲਾਸ਼ੇਰੀ ਨਾਲ ਹੀ ਸਾਡੇ ਹੌਸਲੇ ਚੜ੍ਹਨੇ ਨੇ ਹੌਸਲੇ ਬੁਲੰਦ ਹੋਣੇ ਨੇ ਅਗਲੇ ਸ਼ੁੱਕਰਵਾਰ ਤੁਹਾਡੇ ਸਾਹਮਣੇ ਇੱਕ ਨਵਾਂ ਐਪੀਸੋਡ ਲੈ ਕੇ ਪੇਸ਼ ਹੋਵਾਂਗੇ ਤਦ ਤੱਕ ਲਈ ਆਗਿਆ ਦਿਓ ਸੰਗਤਾਰ ਵੱਲੋਂ ਸਭ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ